ਉਹ ਯਾਰ ਘਰ ਲੱਭਦੇ ਕੋਈ ਯਾਰ ਉਹ ਵੇਖ ਲਾ ਕੋਈ ਕੋਈ ਛੋਟਾ ਹੀ ਹੋਵੇ ਭਾਵੇਂ ਕਮਰਾ ਹੀ ਲੱਭਦੇ ਕੋਈ ਕੀ ਕਹਿੰਦਾ ਉਹ ਚਾਚਾ ਇਹਦੇ ਲਾਗੋ ਉੱਠ ਜਾ ਇਹਦੇ ਲਾਗੇ ਬੈਠਾ ਤੂੰ ਵੀ ਮੰਗਤਾ ਜਿਹਾ ਲੱਗਣ ਡਿਆ ਉਹ ਖਲੋਤਾ ਤਾਂ ਹੈ ਆ ਤੂੰ ਤਾਂ ਕਦੇ ਆਪਣੀ ਗੱਲ ਤੇ ਨੀ ਖਲੋਤਾ ਕੱਲ ਦਾ ਕਹੀ ਜਾਣਾ ਘਰ ਹੈਗਾ ਹੈਗਾ ਤਰਵਾ ਤਰਵਾ ਮਾਰਤਾ ਘਰ ਚਾਹੀਦਾ ਲੈ ਦੱਸ ਉਹ ਤੇਰੇ ਕੋਲ ਆਪਣਾ ਹੈ ਉਹ ਤੇਰੇ ਵਰਗੀਆਂ ਚੀਜ਼ਾਂ ਕੁੱਕੜਾਂ ਦੇ ਖੁੱਡਿਆਂ ਚ ਰਹਿੰਦੀਆਂ ਹੁੰਦੀਆਂ ਘਰਾਂ ਚ ਨਹੀਂ ਉਹ ਗੋਲਡਨ ਭਮੱਕੜ ਤੇਰੇ ਵਰਗੇ ਆਪ ਪੁੱਠਾ ਲਮਕ ਕੇ ਤਾਰ ਤੇ ਸੌਂਦੇ ਆ ਧਿਆਨ ਨਾ ਰਹੀ ਇਹੋ ਜੋੜ ਕੇ ਨਾ ਗਿੱਟੇ ਦੇ ਲੜ ਜਾਂਦੇ ਹੁੰਦੇ ਇਹ ਦਵਾਓ ਸਾਨੂੰ ਘਰ ਘਰ ਚਾਹੀਦਾ ਜੇ ਕਿ ਨਹੀਂ ਉਹ ਇਲਾਂ ਦੇ ਕੌਂਸਲਰ ਕਿਆ ਤੇਰਾ ਕਬੂਤਰ ਦੀ ਚੁੰਝ ਜਰਗਾ ਮੂੰਹ ਉਹ ਤੇਰੇ ਵਰਗੀ ਬੋਕੀ ਨਾ ਨਲਕੇ ਚ ਰਹਿੰਦੀ ਆ ਘਰਾਂ ਚ ਨਹੀਂ ਉਹ ਆਪਣੀ ਬਕਵਾਸਬਾਜੀ ਬੰਦ ਕਰੋ ਉਹਦੀ ਵੀ ਸੁਣ ਲਓ ਆ ਵੇਖੋ ਮੂੰਹ ਸਿਆਣਾ ਨਹੀਂ ਲੇਕਿਨ ਗੱਲ ਸਿਆਣੀ ਗੱਲ ਕਰ ਲਾ ਗੱਲ ਓਏ ਘਰ ਮੇਰੇ ਕੋਲ ਹੈ ਜੇ ਲੈ ਲਈਏ ਪਤਾ ਐਡਰੈਸ ਲਿਖੋ 6 ਕਲਿੰਗਟਿੰਗ ਰੋਡ ਬਰਮਿੰਗਹਾਮ ਵੈਸਟ 1 ਤੇ ਗੱਲ ਸੁਣੋ ਉੱਥੇ ਜਾ ਕੇ ਬੈਲ ਦੇਣਾ ਤੇ ਕਹਿਣਾ ਚੌਧਰੀ ਸਾਹਿਬ ਕੀ ਕਹੋਗੇ ਚੌਧਰੀ ਚੌਧਰੀ ਨਹੀਂ ਇਸੇ ਗੱਲੋਂ ਫਿਰ ਉਹ ਬੰਦਾ ਨਹੀਂ ਨਾਲ ਰੱਖਦਾ ਹੁੰਦਾ ਚੌਧਰੀ ਸਾਹਿਬ ਕਹਿਣਾ ਰਿਸਪੈਕਟ ਕਰਨਾ ਉਹਦੀ ਸਾਹਿਬ ਹਾਂ ਉਹ ਤੁਹਾਨੂੰ ਕਿਰਾਏ ਤੇ ਰੱਖ ਲਏਗਾ ਓਕੇ ਗੋ ਗੋ ਪੰਜਾਬੀ ਉਹ ਪੁੰਡੀ ਜੇ ਮਜ਼ਾਕ ਹੋਇਆ ਨਾ ਤੇ ਅਸੀਂ ਸੀਰੀਅਸ ਹੋ ਜਾਣਾ ਕੱਲ ਤੂੰ ਲੰਮਾ ਪਾ ਕੇ ਸਟੈਚੂ ਬਣਿਆ ਕਰੇਗਾ ਤੇਰਾ ਸਟਿੱਕਰ ਬਣਾ ਕੇ ਨਾ ਖਾਨ ਸਾਹਿਬ ਦੇ ਫੋਨ ਆਏ ਨੇ ਤੇ ਹੋਰ ਕੀ ਬਾਰ ਬਾਰ ਕਹਿਣ ਡੇ ਨੇ ਕਿਧਰੇ ਤੁਸੀਂ ਪਾਕਿਸਤਾਨ ਤੇ ਨੀ ਆ ਗਏ ਪਾਸਪੋਰਟ ਤੇ ਉਹਦੇ ਕੋਲੇ ਮੈਂ ਉੱਡ ਕੇ ਆ ਜਾਣਾ ਸੀ ਪੰਜਾਬ ਤੁਹਾਡਾ ਕੀ ਪਤਾ ਘਰੋਂ ਬਾਹਰ ਗਏ ਬੰਦਿਆਂ ਦੇ ਤੇ ਉਂਝ ਹੀ ਖੰਭ ਖਿਲਰ ਆਉਂਦੇ ਨੇ ਤੇ ਉੱਥੇ ਕਿਸੇ ਗੋਰੀ ਨਾਲ ਨਿਕਾਹ ਨਾ ਕਰਾ ਲੈਣਾ ਉਹ ਚੱਲੀਏ ਕਿਹੜੀ ਗੋਰੀ ਮੇਰੇ ਨਾਲ ਨਿਕਾਹ ਕਰਾਏਗੀ ਮੇਰਾ ਤੇਰੇ ਨਾਲ ਬੜੀ ਮੁਸ਼ਕਲਾਂ ਹੋਇਆ ਚੱਲ ਬੱਚਿਆਂ ਦਾ ਖਿਆਲ ਰੱਖੀ ਅੱਛਾ ਹਾਂ ਅੰਮੀ ਦੀ ਜਨਾਬ ਮੀ ਠੀਕ ਨੇ ਅੰਮੀ ਬਹੁਤ ਯਾਦ ਕਰਦੇ ਨੇ ਤੁਹਾਨੂੰ ਉਹਨਾਂ ਦਾ ਦਵਾ ਦਾਰੂ ਕਰਦੇ ਰਹਿਣਾ ਚੈੱਕਅਪ ਕਰਵਾਉਂਦੇ ਰਹਿਣਾ ਡਾਕਟਰ ਕੋਲੋਂ ਆਹੋ ਕਰਾਇਆ ਸੀ ਪਰ ਡਾਕਟਰ ਸਾਹਿਬ ਕਹਿੰਦੇ ਨੇ ਕਿ ਹੁਣ ਤੇ ਆਪਰੇਸ਼ਨ ਕਰਨਾ ਹੀ ਪੈਣਾ ਚਾਰ ਪੈਸੇ ਇਕੱਠੇ ਹੁੰਦੇ ਨੇ ਨਾ ਮੈਂ ਘਰ ਭੇਜਣਾ ਚਲੋ ਅੱਲਾ ਹਾਫਿਜ਼ ਅੱਲਾ ਹਾਫਿਜ਼ ਉਧਰ ਪਿੱਛੇ ਓਏ ਉਹ ਦੱਸ ਯਾਰ ਇਹ ਤੇ ਉਹੀ ਮੰਗਤਾ ਨੀ ਜਿਹੜੇ ਚੌਂਕ ਚ ਖਲੋਤਾ ਹੁੰਦਾ ਪੁੱਤਰ ਅਸੀਂ ਮੰਗਤਿਆਂ ਨੂੰ ਵੀ ਲੁੱਟ ਲੈਨੇ ਆ ਹਾਂ ਇਹ ਕੋਈ ਤੇਰਾ ਚੌਂਕ ਨੀ ਜਿਹਦੀ ਚਾਰ ਦੀ ਵਾਰੀ ਨੀ ਆ ਇੱਥੇ ਕਮਰੇ ਅੰਦਰ ਤਾੜ ਕੇ ਲੁੱਟਾਂਗੇ ਓਏ ਇੱਥੇ ਓ ਮੇਰੀ ਗੱਲ ਸੁਣ ਇੱਥੇ ਨਹੀਂ ਮੰਗਣਾ ਮੰਗਤਿਆਂ ਕੋਲ ਮੰਗਣਾ ਲਾਂਤੀਆਂ ਦਾ ਕੰਮ ਹੁੰਦਾ ਹੈ ਓ ਮੈਂ ਚੌਧਰੀ ਨੂੰ ਮਿਲਣਾ ਤੇ ਬਾਹਰ ਜਾ ਕੇ ਮਿਲਣਾ ਇੱਥੇ ਤੁਸੀਂ ਨਹੀਂ ਮਿਲ ਸਕਦੇ ਬਸ ਨਾਲੇ ਕਿਹੜਾ ਚੌਧਰੀ ਸਾਡੇ ਕੰਮ ਕਰਨ ਵਾਲਾ ਬੰਦਾ ਔਰ ਏਡਾ ਚਵਲ ਚੌਧਰੀ ਹੈ ਓ ਯਕੀਨ ਕਰੋ ਘਰ ਦੇ ਸਾਰੇ ਕੰਮ ਅਸੀਂ ਉਹਦੇ ਕੋਲ ਕਰਾਨੇ ਆ ਮੈਂ ਬੈੱਡ ਤੇ ਸੁੱਤਾ ਹੁੰਦਾ ਉਹ ਥੱਲੇ ਸੁੱਤਾ ਹੁੰਦਾ ਪੁੱਤਰ ਘਰ ਦੀ ਸਾਰੀ ਸਫਾਈ ਚੌਧਰੀ ਕਰਦਾ ਔਰ ਜੁੱਤੀਆਂ ਮਾਰ ਕੇ ਕਰਾਉਣਾ ਮੇਰੀਆਂ ਪਿੰਨੀਆਂ ਨੇ ਨਾ ਜਿੰਨੀ ਦੇਰ ਘੁੱਟੇ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਤੇ ਗੰਦੇ ਕੱਪੜੇ ਵੀ ਉਹੀ ਧੋਂਦਾ ਝੂਠੇ ਭਾਂਡੇ ਸਾਡੇ ਉਹ ਧੋਂਦਾ ਚਲਾ ਗਿਆ ਸਾਈਕਲ ਤੇ ਬੈਗ ਅੰਦਰ ਕਰ ਲੈਣਾ ਕਿਉਂਕਿ ਇਤਿਆਤ ਜ਼ਰੂਰੀ ਏ ਓਏ ਤੇ ਚੌਰੀ ਸਾਹਿਬ ਨੇ ਹਾਂ ਤੂੰ ਵੀ ਜਿਹੜੀ ਗੱਲ ਮੂੰਹ ਚ ਹੋਏ ਕਰਦੇ ਨੇ ਫਿਰ ਕਿੰਨਾ ਬੂਟਾ ਗਾਲਾਂ ਕੱਢਦਾ